ਸਨਮਾਨਯੋਗ ਅੱਜ ਦੇ ਪ੍ਰਧਾਨਗੀ ਮੰਡਲ ਵਿੱਚ ਜਾਚਕ ਸਾਹਿਬ, ਭੰਮੇ ਸਾਹਿਬ, ਗੁਰਦਿਆਲ ਸਿੰਘ, ਅਮਰੀਕ ਤਲਵੰਡੀ ਅਤੇ ਹੋਰ ਮੇਰੇ ਬਹੁਤ ਹੀ ਸਤਿਕਾਰਯੋਗ ਵਿਦਵਾਨੋ, ਸਰਹੱਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ। ਸਾਡੇ ਬਹੁਤ ਪਿਆਰੇ ਭੈਣ ਜੀ ਜਿਹੜੇ ਸ਼ਾਇਰੀ ਬਾਰੇ, ਗੁਰਚਰਨ ਕੌਰ ਕੋਚਰ ਜੀ ਸੰਸਾਰ 'ਚ ਪ੍ਰਸਿੱਧ ਨੇ, ਉਹ ਵੀ ਸਾਡੇ ਕੋਲ ਪਹੁੰਚੇ ਆ। ਔਰ ਮੈਂ ਸਮਝਦਾ ਕਿ ਇਹਨਾਂ ਦੀ ਜਿਹੜੀ ਦੇਣ ਆ ਗਜ਼ਲ ਨੂੰ, ਉਹ ਭੁਲਾਈ ਨਹੀਂ ਜਾ ਸਕਦੀ। ਤਾਂ ਮੈਂ ਉਸ ਗਿਆਨ ਬਾਰੇ ਗੱਲ ਕਰਨ ਲੱਗਾ ਜਿਸ ਗਿਆਨ ਬਾਰੇ ਇਹ ਮਸ਼ਹੂਰ ਆ, ਖਲੀਲ ਬਿਨ ਅਹਿਮਦ ਬਸਰੇ ਦਾ ਮੱਕੇ ਦੇ ਲਾਗੇ ਰਹਿੰਦਾ ਸੀ। ਤਾਂ ਇਸ ਤਰ੍ਹਾਂ ਹੀ ਲੋਕ ਗਾਈ ਜਾਂਦੇ ਸੀ, ਭੇਡਾਂ ਬੱਕਰੀਆਂ ਚਾਰਨ ਵਾਲੇ ਕੋਈ ਦੂਜੇ, ਪਰ ਪਤਾ ਨਹੀਂ ਸੀ ਕਿ ਬਹਿਰ ਕਿਹੜਾ। ਤਾਂ ਉਸ ਬੰਦੇ ਨੇ, ਖਲੀਲ ਨੇ ਤਹੀਆ ਕਰਕੇ ਉਹਨਾਂ ਸਾਰਿਆਂ ਨੂੰ ਬਹਿਰਾਂ ਵਿੱਚ ਲਿਆਂਦਾ। 15 ਬਹਿਰ ਉਹਨੇ ਆਪ ਘੜੇ। ਤਾਂ ਜਦੋਂ ਮੈਂ ਇਹ ਕਹਿਣ ਲੱਗਾ ਕਿ ਇੰਨਾ ਖੁਸ਼ਕ ਹੁੰਦਾ ਇਹ ਜਿਹੜਾ ਗਿਆਨ ਆ, ਕਿ ਉਹ ਵਾਰ 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 ਤੋਲੀ ਜਾ ਰਿਹਾ ਸੀ ਕਿਸੇ ਕਵਿਤਾ ਨੂੰ, ਕਦੇ ਸਿਰ ਮਾਰਦਾ ਆ ਨਹੀਂ ਇਸ ਤਰ੍ਹਾਂ ਇੱਦਾਂ ਹੋਣਾ ਚਾਹੀਦਾ ਸੀ। ਅਤੇ ਉਹਦਾ ਮੁੰਡਾ ਸੀ ਜਿਹੜਾ ਥੋੜ੍ਹਾ ਜਿਹਾ ਇੱਦਾਂ ਦਾ ਸੀ, ਸਿੱਧਾ ਸੀ, ਉਹ ਕੋਠੇ 'ਤੇ ਚੜ੍ਹ ਕੇ ਅਤੇ ਰੌਲਾ ਪਾਉਣ ਲੱਗ ਗਿਆ ਕਿ ਮੇਰਾ ਪਿਓ ਸ਼ਦਾਈ ਹੋ ਗਿਆ ਜੀ, ਮੇਰਾ ਪਿਓ ਸ਼ਦਾਈ ਹੋ ਗਿਆ, ਐਵੇਂ ਸਿਰ ਹਿਲਾਈ ਜਾਂਦਾ। ਤਾਂ ਉਸ ਬੰਦੇ ਨੇ ਸਾਨੂੰ ਐਸਾ ਗਿਆਨ ਦਿੱਤਾ ਕਿ ਜਿਹੜਾ ਸੰਸਾਰ ਉੱਤੇ ਸੈਮਟਿਕ ਲੋਕਾਂ ਦਾ ਗਿਆਨ ਸਾਰੇ ਸੰਸਾਰ ਉੱਤੇ ਜਿਹੜਾ ਮਸ਼ਹੂਰ ਹੋਇਆ। ਤਾਂ ਅਸੀਂ ਸਾਰੇ ਗਜ਼ਲ ਲਿਖਦੇ ਹਾਂ, ਗਜ਼ਲ ਦਾ ਯੁੱਗ ਹੈ। ਕਦੇ ਵਾਰਾਂ ਦਾ ਯੁੱਗ ਹੁੰਦਾ ਸੀ, ਨਜਾਬਤ ਦੀ ਵਾਰ ਪੜ੍ਹੀ, ਦਸ਼ਮੇਸ਼ ਪਿਤਾ ਦੀ ਵਾਰ ਪੜ੍ਹੀ, ਹੋਰ ਵਾਰਾਂ ਦਾ ਯੁੱਗ ਹੁੰਦਾ ਸੀ। ਇੱਕ ਵਾਰਾਂ ਲਿਖੀਆਂ ਜਾਂਦੀਆਂ ਸੀ, ਭਾਸ਼ਾ ਵਿਭਾਗ ਨੇ 100 ਤੋਂ ਵੱਧ ਵਾਰਾਂ ਛਾਪੀਆਂ ਸੀ ਸੰਨ 65 ਦੀ ਲੜਾਈ 'ਚ। ਤਾਂ ਸਾਰੇ ਵਾਰ ਲਿਖਦੇ ਸੀ। ਅੱਜ ਯੁੱਗ ਹੈ ਪੰਜਾਬੀ ਗਜ਼ਲ ਦਾ, ਕਿਉਂਕਿ ਪੰਜਾਬੀ ਗਜ਼ਲ ਦੇ ਵਿੱਚ ਜਿਹੜੇ ਸ਼ੇਰ ਨੇ ਇਹ ਬੜਾ ਨਿਚੋੜ ਕੱਢਿਆ ਹੁੰਦਾ ਉਹਨਾਂ ਦਾ। ਜਿਵੇਂ ਆਪਾਂ, ਮੈਂ ਤਾਂ ਇੱਕ ਕੰਡੇ ਨੂੰ ਤੱਕ ਕੇ ਬਾਗ ਦੀ ਹਾਲਤ ਦੱਸ ਦੇਵਾਂ, ਮੇਰੇ ਸਾਹਮਣੇ ਪਰਦੇਦਾਰੋ ਹਰ ਕੋਈ ਬੇਪਰਦਾ ਹੈ। ਯਾਨੀ ਇੱਕ ਫੁੱਲ ਨਾਲ ਹੀ, ਇੱਕ ਕੰਡੇ ਨਾਲ ਹੀ ਬਾਗ ਦੀ ਹਾਲਤ ਦਾ ਪਤਾ ਲੱਗ ਜਾਂਦਾ। ਤਾਂ ਸਦੀਆਂ ਤੋਂ, ਹੁਣ ਤਾਂ 3 ਸਦੀਆਂ ਤੋਂ ਵੱਧ ਹੋ ਗਿਆ ਪੰਜਾਬੀ ਗਜ਼ਲ ਨੂੰ ਲਿਖਦੇ ਹਾਂ, ਪਰ ਅਸੀਂ ਇਹ ਸਮਝਦੇ ਹਾਂ ਕਿ ਬਸ ਜੋ ਲਿਖ ਦਿੱਤਾ ਉਹ ਠੀਕ ਹੈ, ਉਹ ਪੱਥਰ 'ਤੇ ਲੀਕ ਹੈ। ਯਾਨੀ ਜਿਹੜਾ ਆਪਣਾ ਪੁੱਤਰ ਹੁੰਦਾ ਉਹ ਸਾਰਿਆਂ ਤੋਂ ਸੋਹਣਾ ਹੁੰਦਾ, ਭਾਵੇਂ ਉਹ ਕਿੰਨਾ ਵੀ ਥੋੜ੍ਹਾ ਜਿਹਾ ਪੱਕੇ ਰੰਗ ਹੋਏ, ਕੁਛ ਹੋਵੇ, ਨਕਸ਼ ਨਾ ਚੰਗੇ ਹੋਣ, ਪਰ ਉਹੀ ਚੰਗਾ ਹੁੰਦਾ। ਇਸ ਤਰ੍ਹਾਂ ਉਹ ਰੱਬ ਹੁੰਦਾ ਹਰ ਇੱਕ ਰਚਨਾ ਦਾ, ਕਵੀ ਆਪਣੀ ਰਚਨਾ ਦਾ ਰੱਬ ਹੁੰਦਾ। ਪਰ ਉਹਨੂੰ ਇਹ ਦੇਖਣਾ ਚਾਹੀਦਾ ਕਿ ਇਸਨੇ ਮੈਦਾਨ ਦੇ ਵਿੱਚ ਜਾਣਾ, ਇਸਨੇ ਘੁਲਣਾ, ਇਹਨੇ ਪਾਠਕਾਂ ਕੋਲ ਜਾਣਾ, ਤਾਂ ਉੱਥੇ ਜਾ ਕੇ ਇਹਦਾ ਮੁੱਲ ਪੈਣਾ, ਮੇਰੀ ਕਾਪੀ 'ਚ ਨਹੀਂ ਪੈਣਾ। ਸਾਡੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਕਵੀ ਰੱਖੇ ਸੀ, ਉਹ ਫਕੀਰੇ ਇੱਕ ਦੂਜੇ ਤੋਂ ਸਲਾਹ ਲੈਂਦੇ ਸੀ। ਤਾਂ ਹੁਣ ਵੀ ਇੱਦਾਂ ਕਿ ਸਾਨੂੰ ਸਲਾਹ ਲੈ ਕੇ ਕਹਿੰਦੇ ਕਿ ਸਲਾਹ ਲੈਣੀ ਹੈ ਤਾਂ ਕੰਧ ਨਾਲ ਵੀ ਗੱਲਾਂ ਕਰ ਲਓ,
ਕੰਧ ਵੱਲ ਨੂੰ ਮੂੰਹ ਕਰਕੇ ਉਹਨੂੰ ਪੁੱਛੋ ਅਤੇ ਉਹ ਤੁਹਾਨੂੰ ਜਵਾਬ ਦੇਵੇਗੀ। ਦੱਸੂ ਤੁਹਾਨੂੰ ਵੀ ਨਹੀਂ ਵੀ ਆਹ ਤੇਰਾ ਸਾਨੂੰ ਪਤਾ ਵੀ ਹੁੰਦਾ ਕਿ ਆਹ ਥਿੜਕ ਗਈ ਹੈ ਗੱਲ। ਦੂਜੀ ਗੱਲ ਇਹ ਕਿ ਸੰਸਾਰ 'ਚ ਜਿੱਥੇ ਜਿੱਥੇ ਕਵਿਤਾ ਉਗਮਦੀ ਆ ਉਹ ਕਦੇ ਅਵਾਰਾ ਨਹੀਂ ਉਗਮਦੀ, ਉਹ ਕਿਸੇ ਨਾ ਕਿਸੇ ਛੰਦ ਵਿੱਚ ਜਾਂ ਬਹਿਰ ਵਿੱਚ ਪੈਦਾ ਹੁੰਦੀ ਆ। ਤਾਂ ਮੈਂ ਕੁਝ ਸੰਖੇਪ ਜੇ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ, ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਉਹ ਮੈਨੂੰ ਕਿਤੇ ਕਿਸੇ ਵੇਲੇ ਵੀ ਪੁੱਛ ਸਕਦਾ। ਪੰਜਾਬੀ ਗਜ਼ਲ ਰੂਪਧਾਨ ਅਤੇ ਅਰੂਜ ਕਿ ਪੰਜਾਬੀ ਗਜ਼ਲ ਪੰਜਾਬੀ ਸਾਹਿਤ ਦਾ ਮਾਣਯੋਗ ਹਿੱਸਾ ਹੈ। ਪੰਜਾਬੀ ਵਿੱਚ ਕਾਫੀ ਗਜ਼ਲਕਾਰ ਹਨ, ਥੋੜ੍ਹੇ ਬਹੁਤੇ ਫਰਕ ਨਾਲ ਗਜ਼ਲਕਾਰ ਆਪਣੇ ਸ਼ੇਰ ਪ੍ਰਚਲਿਤ ਛੰਦਾਂ ਜਾਂ ਬਹਿਰਾਂ ਵਿੱਚ ਲਿਖ ਰਹੇ ਹਨ। ਜੋ ਵੀ ਸ਼ਾਇਰ ਗਜ਼ਲ ਲਿਖਦਾ ਹੈ ਉਹ ਗਜ਼ਲ ਦੀਆਂ ਤਕਨੀਕਾਂ ਸ਼ਰਤਾਂ ਨੂੰ ਪੂਰੀਆਂ ਕਰਦਾ ਹੈ। ਪੰਜਾਬੀ ਦੇ ਪ੍ਰਤਿਭਾਵਾਨ ਸ਼ਾਇਰਾਂ ਨੇ ਗਜ਼ਲ ਦੇ ਰੂਪ ਵਿਧਾਨਕ ਦਾਇਰੇ ਵਿੱਚ ਰਹਿੰਦਿਆਂ ਇਸ ਦੀ ਗੁਣਾਤਮਕਤਾ ਨਾਲ ਗੁਣਾਤਮਕਤਾ ਦਾ ਵੀ ਜ਼ਿਕਰਯੋਗ ਵਾਅਦਾ ਕੀਤਾ ਹੈ। ਪੰਜਾਬੀ ਵਿੱਚ ਗਜ਼ਲਕਾਰ ਸਫਲਤਾ ਉਹੀ ਪਾ ਸਕਿਆ ਜਿਹੜਾ ਕਿਸੇ ਛੰਦ ਜਾਂ ਬਹਿਰ ਵਿੱਚ ਸੀ। ਕਈ ਸ਼ਾਇਰਾਂ ਨੇ ਗਜ਼ਲ ਤਕਨੀਕ ਦੀ ਹੀਣ ਭਾਵਨਾ ਨੂੰ ਗਜ਼ਲ ਰੂਪਕਾਰ ਤੋਂ ਬਾਗੀ ਹੋਣ ਦੀ ਚੀਕ ਬੁਲਬਲੀ ਦਾ ਵੀ ਪ੍ਰਯੋਗ ਕੀਤਾ। ਇਹ ਤੱਥ ਸਰਵਮਾਨਤ ਹੈ ਕਿ ਸ਼ੇਰ ਕਿਸੇ ਛੰਦ ਜਾਂ ਬਹਿਰ ਵਿੱਚ ਹੀ ਆਉਂਦਾ ਹੈ। ਗਜ਼ਲ ਉਹੀ ਗਿਣੀ ਜਾ ਸਕਦੀ ਹੈ ਜਿਹੜੀ ਆਪਣੇ ਤਕਨੀਕੀ ਪੱਖ ਪੂਰੇ ਕਰਦੀ ਹੈ। ਹੇਠਾਂ ਅਸੀਂ ਸਮਕਾਲੀਨ ਪੰਜਾਬੀ ਗਜ਼ਲ ਦੇ ਕੁਝ ਜ਼ਰੂਰੀ ਅੰਗਾਂ ਦਾ ਸੰਖੇਪ ਜਿਹਾ ਵਰਣਨ ਕਰਾਂਗੇ। ਪਿੰਗਲ ਅਤੇ ਅਰੂਜ ਹੁੰਦਾ ਕੀ ਆ? ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਦੇ ਛੰਦ ਸ਼ਸਤਰ ਅਤੇ ਬਾਕੀ ਸਾਰੀਆਂ ਜਿੰਨੀਆਂ ਭਾਸ਼ਾਵਾਂ ਸੀ ਅਪਭ੍ਰੰਸ਼ ਜਾਣੀ ਭਿੱਟੀਆਂ ਹੋਈਆਂ ਭਾਸ਼ਾਵਾਂ, ਸਾਡੀ ਪੰਜਾਬੀ ਵੀ ਭਿੱਟੀ ਹੋਈ ਭਾਸ਼ਾ ਗਿਣੀ ਜਾਂਦੀ ਸੀ ਸੰਸਕ੍ਰਿਤ ਤੋਂ, ਉਹ ਜਿਹੜੀ ਸੀ ਉਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਆ ਛੰਦ ਲਿਖੇ ਜਾਂਦੇ ਆ ਜਾਂ ਕਵਿਤਾ ਲਿਖੀ ਜਾਂਦੀ ਹੈ, ਵੇਦਾਂ ਦਾ ਜੋ ਵੀ ਜਿੰਨੇ ਵੀ ਸ਼ੇਰ ਲਿਖੇ ਗਏ ਉਹ ਪਿੰਗਲ ਵਿੱਚ ਲਿਖੇ ਜਾਂਦੇ ਆ। ਪਿੰਗਲ ਇੱਕ ਸਾਡੇ ਤੋਂ 200 ਪੂਰਵ ਈਸਵੀ ਉੱਤਰੀ ਭਾਰਤ ਵਿੱਚ ਉਹਦਾ ਜਨਮ ਹੋਇਆ, ਉੱਤਰੀ ਭਾਰਤ ਵਿੱਚ ਜਨਮ ਸਾਡੇ ਪਾਸੇ ਉਹਦਾ ਜਨਮ ਹੋਇਆ ਅਤੇ ਉਸਦਾ ਗਿਆਨ ਇੰਨਾ ਹਰਮਨ ਪਿਆਰਾ ਹੋਇਆ ਕਿ ਉਹਨੂੰ ਉਹਦੇ ਨਾਂ 'ਤੇ ਹੀ ਇਹ ਗਿਆਨ ਜਿਹੜਾ ਸ਼ੁਰੂ ਹੋ ਗਿਆ, ਪਿੰਗਲ ਗਿਆਨ। ਉਸਨੇ ਛੰਦਾਂ ਨੂੰ ਉਚਾਰਕ ਸੁਰਾਂ ਦੇ ਸਿਲਸਿਲੇ ਦਾ ਜਨਮੀ ਵਿੱਚ ਕਸਵੱਟੀਬੱਧ ਕੀਤਾ। ਸੰਸਾਰ ਇਹ ਪਹਿਲੀ ਗਣ ਵਾਰ ਗਣਾਂ ਨਾਲ ਕਿਸੇ ਛੰਦ ਦੇ ਉਚਾਰਕ ਗਣਾਂ ਦੀ ਲਘੂ ਗੁਰੂ ਦੀ ਸਾਰਣੀ ਪੈਦਾ ਹੋਈ। ਗਣਾਂ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ? ਗਣ ਪੈਦਾ ਕੀਤੇ ਉਹਨਾਂ ਨੇ, ਇੱਕ ਘੁੰਗੇ ਪੈਦਾ ਕੀਤੇ ਵੀ ਜਿਹੜਾ ਇੱਕ ਬਹਿਰ ਆ, ਜਿਹੜਾ ਇੱਕ ਛੰਦ ਆ, ਉਹ ਇਸ ਤਰ੍ਹਾਂ ਘੁੰਗਿਆਂ 'ਚ ਹੀ ਆਉਂਦਾ, ਇਕੱਲੇ ਇਕੱਲੇ ਨਹੀਂ ਆਉਂਦਾ ਕਿ ਇੱਕ ਅੰਗੂਰ ਇੱਥੇ ਰੱਖਤਾ, ਇੱਕ ਅੰਗੂਰ ਉੱਥੇ ਰੱਖਤਾ, ਇੱਕ ਅੰਗੂਰ ਉੱਥੇ ਰੱਖਤਾ, ਬਲਕਿ ਘੁੰਗੇ, ਇੱਕ ਘੁੰਗਾ, ਦੂਜਾ ਘੁੰਗਾ, ਤੀਜਾ ਘੁੰਗਾ, ਚੌਥਾ ਘੁੰਗਾ, ਫਿਰ ਪਹਿਲੇ ਥੱਲੇ ਪਹਿਲਾ ਹੀ ਘੁੰਗਾ, ਦੂਜਾ, ਉਹਨੂੰ ਕਹਿੰਦੇ ਸੀ ਕਿ ਗਣ। ਤਾਂ ਗਣ ਦੀ ਕਾਢ ਸਾਡੇ ਹਿੰਦੁਸਤਾਨ 'ਚ ਨਿਕਲੀ। ਇਹ 8 ਸੀਗੇ, ਇਹ ਕੁਛ ਇਹਨਾਂ ਬਾਰੇ ਥੋੜ੍ਹਾ ਜਿਹਾ ਗਿਆਨ ਤੁਹਾਨੂੰ ਹਾਸਲ ਕਰਨਾ ਚਾਹੀਦਾ। ਤਾਂ ਇਹ 8 ਨੇ ਇਹ ਗਣ, ਉਹ ਗਣਾਂ 'ਚ ਨੁਕਸੇ ਆ ਵੀ ਜਿਹੜੇ ਅਰੂਜ ਦੇ ਗਣ ਆ ਉਹ ਵੀ 8 ਹੀ ਆ, ਪਰ ਇਹ ਕੁਦਰਤੀ ਹੋ ਗਏ, ਇਹ ਨਹੀਂ ਕਿ ਸਾਡੇ ਵੱਲ ਵੇਖ ਕੇ ਉਹਨਾਂ ਨੇ ਬਣਾਏ ਆ। ਉਹਨਾਂ ਦੇ ਗਣ ਜਿਹੜੇ ਵਿਗਿਆਨਕ ਆ, ਉਹਨਾਂ ਦੇ ਗਣ ਵੇਖੋ ਫੌਲਨ, ਉਹਨਾਂ ਦੇ ਗਣ ਵੇਖੋ ਫੌਲਨ, ਫੱਫਾ ਉੜੇ ਨੂੰ ਦਲਾਵਾਂ ਗਾੜੀ ਦੋ ਮੁਕਤਾ ਅੱਖਰ, ਜਾਣੀ ਉਹਦਾ ਵਜਨ ਵੀ ਇਸੇ ਤਰ੍ਹਾਂ ਹੀ ਆ, ਫੱਫਾ ਲਘੂ ਗੁਰੂ ਲਘੂ ਲਘੂ, ਪਰ ਜਿਹੜੇ ਸਾਡੇ ਸੀ
ਸਾਡੇ ਨਾਂ ਤੇ ਹੋਰ ਹੋ ਗਏ, ਨਾਂ ਤੇ ਉਹਨਾਂ ਰੱਖੇ ਕਿ ਟਗਣ ਠਗਣ ਭਗਣ ਨਗਣ ਦਗਣ ਜਗਣ ਵਗੈਰਾ ਅੱਠ ਨਾਂ ਰੱਖ ਲਏ। ਪਰ ਇਹ ਸਾਰੇ ਜਿਹੜੇ ਆ ਜੱਜਾ ਗੱਗਾ ਨਾਣਾ ਸੱਠਾ ਗੱਗਾ ਨਾਣਾ ਇਹ ਸਰੂਪ ਵਿੱਚ ਨਹੀਂ ਗਏ, ਉਹਨਾਂ ਦੇ ਵਜਨ ਕੁਛ ਹੋਰ ਹੀ ਨੇ, SIS ਜਾਣੀ IIS, ਪਰ ਉਹਨਾਂ ਦੇ ਨਾਂ ਇਹਨਾਂ ਦੇ ਬਰਾਬਰ ਨਹੀਂ ਜਿਹੜੇ ਸਾਡੇ ਸੰਸਕ੍ਰਿਤ ਜਿਹੜੇ ਸਾਡੇ ਫਾਰਸੀ ਵੱਲੋਂ ਆਏ ਉਹ ਜਿਹੜੇ ਅਫਾਈਲ ਸੀ ਅਫਾਈਲ ਉਹ ਕਹਿੰਦੇ ਆ ਰੁਕਨ ਨੂੰ, ਜਾਣੀ ਉਹਨਾਂ ਦਾ ਨਾਂ ਅਫਾਈਲ ਆ ਜਿਹਦੇ ਵਿੱਚ ਐੜਾ ਫਫਾ ਲੱਲਾ ਹਰ ਵਾਰੀ ਆਉਂਦਾ। ਜਿਵੇਂ ਅਫਾਈਲ ਅਰਕਾਨ ਉਹਨਾਂ ਨੂੰ ਅਰਕਾਨ ਵੀ ਕਿਹਾ ਜਾਂਦਾ, ਇਹ ਫਾਉਲਨ ਫਾਇਲੁਨ ਫਾਇਲੁਨ ਫਫਾ ਕੰਨਾ SIS, ਜਾਣੀ ਉਹ ਪੱਕਾ ਠੱਕਾ ਉਹਨਾਂ ਨੇ ਲਿਖ ਦਿੱਤਾ ਵੀ ਜਿਹੜਾ ਅਸੀਂ ਵਜਨ ਜਿਹੜਾ ਅਸੀਂ ਨਾਂ ਲਿਖ ਰਹੇ ਹਾਂ ਉਹਦਾ ਵਜਨ ਵੀ ਉਹਦੇ ਵਿੱਚ ਇਹੀ ਆ। ਪਰ ਸਾਡੇ ਇਸ ਤਰ੍ਹਾਂ ਨਹੀਂ ਹੋਇਆ, ਸਾਡੇ ਤਾਂ ਕਈ ਵਾਰੀ ਇੱਕੋ ਹੀ ਵਜਨ ਦੇ ਇੱਕੋ ਹੀ ਜਿਹੜਾ ਅਫਾਈਲ ਸੀ ਉਹਦੇ 200 ਜਿਹੜੇ ਸੀ ਉਹਦੇ ਰੂਪ ਹੋਣ ਲੱਗ ਗਏ। ਸਾਡੇ ਭਾਈ ਕਾਨ ਸਿੰਘ ਨਾਭੇ ਜੀ ਦੀ ਵੀ ਗੱਲ ਚੱਲੀ ਆ, ਇੱਥੇ ਸਾਡੇ ਬੜੇ ਵੱਡੇ ਵਿਦਵਾਨ ਸਨ ਜਾਚਕ ਵਰਗੇ, ਜਾਚਕ ਜੀ ਵੀ ਉਹਨਾਂ ਦੀਆਂ ਲੀਹਾਂ 'ਤੇ, ਮੈਂ ਵੀ ਉਹਨਾਂ ਦੀਆਂ ਲੀਹਾਂ 'ਤੇ ਚੱਲਦਾ, ਪਰ ਅਸੀਂ ਉਹਨਾਂ ਦੀ ਰੀਸ ਤਾਂ ਕਹਿ ਵੀ ਨਹੀਂ ਸਕਦੇ। ਉਹਨਾਂ ਨੇ ਵੀ ਇੱਕ ਇੱਕ ਛੰਦ ਦੇ 13-13 ਰੂਪ ਲਿਖੇ ਆ, 250-250 ਰੂਪ ਲਿਖੇ ਆ। ਇੱਕ ਛੰਦ ਦਾ ਸਾਡੇ 'ਚ ਨੁਕਸ ਇਹ ਸੀ ਕਿ ਇੱਕ ਛੰਦ ਦਾ 300,000 ਰੂਪ ਸੀ, ਇੱਕ ਛੰਦ ਦਾ 13,00,000 ਰੂਪ ਸੀ। ਉਹਦਾ ਇਹ ਅਣਵਿਗਿਆਨਕ ਜਦੋਂ ਹੋ ਗਏ ਤਾਂ ਤੁਸੀਂ ਦੇਖਣਾ ਜਦੋਂ ਜਹਾਜ਼ ਲੰਘਦਾ ਅਤੇ ਪਟਾਕਾ ਬੜੇ ਜ਼ੋਰ ਨਾਲ ਪਾਉਂਦਾ, ਉਹਦਾ ਕੀ ਕਾਰਨ ਹੁੰਦਾ? ਬੰਬ ਨਹੀਂ ਸੁੱਟਦਾ ਉਹ, ਜਾਣੀ ਇੱਕ ਖਾਲੀ ਜਗ੍ਹਾ ਹੋ ਗਈ ਹਵਾ ਦੀ, ਏਜ ਇੰਨਾ ਚੱਲਿਆ ਜਹਾਜ਼ ਹਵਾ ਖਾਲੀ ਹੋ ਗਈ ਔਰ ਬੜੇ ਜ਼ੋਰ ਨਾਲ ਉਹ ਆਪਸ ਵਿੱਚ ਆਣ ਕੇ ਟਕਰਾਈ ਅਤੇ ਉੱਥੇ ਖਾਲੀ ਜਗ੍ਹਾ 'ਚ ਭਰ ਦਿੱਤੀ। ਕੋਈ ਵੀ ਚੀਜ਼ ਸੰਸਾਰ 'ਤੇ ਖਾਲੀ ਨਹੀਂ ਹੈਗੀ, ਕੋਈ ਵੀ ਵਜ੍ਹਾ ਸੰਸਾਰ 'ਤੇ ਐਸੀ ਨਹੀਂ ਕਿ ਜਿਹੜੀ ਖਾਲੀ ਹੈ, ਚੂਹੇ ਦੀ ਰੁੱਢ ਵਿੱਚ ਵੀ ਹਵਾ ਹੈਗੀ ਆ। ਤਾਂ ਛੰਦਾਂ ਦੇ ਬਹਿਰਾਂ ਦਾ ਫਰਕ ਕੀ ਆ? ਸੰਸਕ੍ਰਿਤ ਵਾਲਾ ਇਹ ਕਾਵਿ ਸੂਤਰ ਨੂੰ 15 ਬਹਿਰਾਂ ਉਹਨੇ ਬਣਾਈਆਂ ਸੀ, ਜਿਹਦਾ ਮੈਂ ਨਾਂ ਅੱਗੇ ਤੁਹਾਡੇ ਕੋਲ ਲਿਆ ਕੇ ਜਿਹਦੇ ਪਿਓ ਪੁੱਤ ਨੇ ਕਹਿਤਾ ਇਹ ਸ਼ਦਾਈ ਹੋ ਗਿਆ, 4 ਬਹਿਰਾਂ ਚੋਂ ਬਾਹਰ ਬਣੀਆਂ, 19 ਬਹਿਰਾਂ ਨੇ ਸਾਰੀਆਂ ਹੀ ਸੰਸਾਰ 'ਚ, 19 ਬਹਿਰਾਂ ਨੇ ਸਾਰੀਆਂ ਉਰਦੂ ਫਾਰਸੀ ਦੀਆਂ, 4 ਬਾਅਦ 'ਚ ਬਣੀਆਂ, 15 ਪਹਿਲਾਂ ਬਣੀਆਂ, ਪਰ ਉਹਨਾਂ ਤੋਂ ਜਹਾਫ ਲੱਗ ਕੇ ਹਜ਼ਾਰਾਂ ਹੋਰ ਬਣੀਆਂ, ਹਜ਼ਾਰਾਂ। ਇੱਕ ਬਹਿਰ ਆ ਹਜ਼ਜ਼ ਲਘੂ ਗੁਰੂ ਗੁਰੂ ਗੁਰੂ, ਉਹਦੀਆਂ ਨਾਤਾਂ ਉਹਦੇ 'ਤੇ ਲਿਖੀਆਂ, ਪਾਕਿਸਤਾਨ 'ਚ ਸਾਡੇ ਵੀ ਲੋਕਾਂ ਨੇ ਲਿਖੀਆਂ ਨਾਤਾਂ ਮੁਹੰਮਦ ਸਾਹਿਬ ਦੀਆਂ, ਹਜ਼ਾਰਾਂ ਹੀ ਉਹਨਾਂ ਦੇ ਰੂਪ ਘੜੇ ਗਏ। ਜਾਣੀ ਜਹਾਫ ਲਾ ਕੇ ਇੱਕ ਇੱਕ ਲਘੂ ਦਾ ਫਰਕ ਪਾ ਕੇ ਹਜ਼ਾਰਾਂ ਹੀ ਹੋਰ ਘੜੇ ਗਏ। ਤਾਂ ਇਹ ਜਿਹੜੇ ਵੱਧ ਘੜੇ ਜਾਂਦੇ ਆ ਉਹ ਜਹਾਫ ਲਾਏ ਜਾਂਦੇ ਆ। ਤਾਂ ਉਹਦੇ 'ਚ 19 ਬਹਿਰਾਂ ਜਿਹੜੀਆਂ ਸੀ ਉਹਨਾਂ ਦਾ ਵਰਣਨ ਕੀਤਾ ਗਿਆ, 35 ਦੇ 35 ਸਾਡੇ ਅੱਖਰ ਜਿਹੜੇ ਨੇ ਉਹ ਸਾਰੇ ਲਘੂ ਆ। ਜਦੋਂ ਉਹਨਾਂ ਨੂੰ ਲੰਮੀ ਲੱਗ ਜਾਂਦੀ ਆ ਤਾਂ ਲੰਮੀ ਲੱਗ ਵੀ ਜਿਹੜੀ 10 ਦੀਆਂ 10 ਲਗਾਂ ਨੇ ਉਹ ਵੀ ਅੱਖਰ ਨੇ। ਜੇ ਸੱਸੇ ਬਿਹਾਰੀ ਪਾਉਂਦੇ ਹਾਂ ਤਾਂ ਉਹ ਗੁਰੂ ਬਣ ਜਾਂਦਾ, ਜੇ ਸੱਸੇ ਸਿਹਾਰੀ ਹੋਵੇ ਤਾਂ ਉਹ ਲਘੂ ਹੋ ਜਾਂਦਾ।
ਇਸੇ ਤਰ੍ਹਾਂ ਔਂਕੜ ਸੱਸੇ ਨੂੰ ਔਂਕੜ ਲੱਗਾ ਹੋਏ ਤੇ ਉਹ ਲਘੂ ਹੈ, ਜੇ ਸੱਸੇ ਨੂੰ ਦਲੈਂਕੜ ਲੱਗੇ ਹੋਣ ਤੇ ਉਹ ਗੁਰੂ ਹੈ। ਇਹ ਥੋੜਾ ਥੋੜਾ ਧਿਆਨ ਰੱਖਣਾ ਚਾਹੀਦਾ ਇਹਨਾਂ 'ਚ। ਕਾਫੀਆ ਕੀ ਹੁੰਦਾ ਬਈ, ਕਾਫੀ ਬਾਰੇ ਮੈਂ ਪੜ੍ਹ ਕੇ ਦੱਸ ਦਿੰਦਾ। ਕਾਫੀਆ ਗਜ਼ਲ ਦੀ ਰੀੜ ਦੀ ਹੱਡੀ ਹੈ, ਕਾਫੀਏ ਤੋਂ ਬਿਨਾਂ ਗਜ਼ਲ ਕਿਆਸੀ ਵੀ ਨਹੀਂ ਜਾ ਸਕਦੀ। ਕਾਫੀਆ ਸ਼ੇਹਰ ਵਿੱਚ ਬਿਆਨ ਨੂੰ ਖੂਬਸੂਰਤੀ ਨਾਲ ਪੇਸ਼ ਕਰਦਾ ਹੈ। ਕਾਫੀਆ ਹੀ ਸਮੁੱਚੀ ਗਜ਼ਲ ਵਿੱਚ ਇਕਸਾਰਤਾ ਅਤੇ ਮਾਨਸਿਕ ਇਕਸਾਰਤਾ ਬਹਾਲ ਕਰਕੇ ਪਾਠਕ ਸਰੋਤੇ ਨੂੰ ਸ਼ੇਰੀ ਵਿਚਾਰ ਨਾਲ ਜੋੜਦਾ ਹੈ। ਤੁਸੀਂ ਜਿੰਨੀਆਂ ਵੀ ਪਿੰਡ ਦੇ ਵਿੱਚ ਕਹਾਵਤਾਂ ਨੇ, ਛੋਟੇ ਛੋਟੇ ਮੁਹਾਵਰੇ ਤੁਹਾਡੀਆਂ ਮਾਵਾਂ, ਤੁਹਾਡੀਆਂ ਦਾਦੀਆਂ, ਤੁਹਾਡੇ ਲੋਕ ਬੋਲਦੇ ਆ, ਉਹਨਾਂ ਸਾਰਿਆਂ 'ਚ ਕਾਫੀਆ ਹੁੰਦਾ, ਬੁਝਾਰਤਾਂ ਵਿੱਚ ਵੀ ਕਾਫੀਆ ਹੁੰਦਾ। ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ। ਇਹ ਖੜੀ ਕਿਉਂ ਨਹੀਂ ਕਿਹਾ, ਵੀ ਖਲੀ ਕਿਉਂ ਕਿਹਾ? ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ, ਇਹ ਸਿਰਫ ਕਾਫੀਏ ਦੀ ਮਜਬੂਰੀ ਕਰਕੇ ਕੀਤਾ ਗਿਆ ਵੀ ਉਹ ਕਿਹੜੀ ਗਲੀ ਆ ਜਿੱਥੇ ਉਹ ਭਾਗੋ ਨਹੀਂ ਖੜੀ। ਜਦੋਂ ਕਹਿਣਾ ਹੋਵੇ ਵੀ ਇਹ ਜਨਾਨੀ ਤਾਂ ਹਰ ਥਾਂ ਹੀ ਹਾਜ਼ਰ ਰਹਿੰਦੀ ਆ, ਤਾਂ ਇੱਥੇ ਵੀ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ। ਜਦੋਂ ਨਦੀ ਨਹਾਉਣ ਚੱਲੀਆਂ ਤਾਂ ਇਹ ਸਾਨੂੰ ਪਤਾ ਕਿ ਇਹ ਜਿਹੜਾ ਛੰਦ ਕਿਹੜਾ ਵਾ, ਲਾਲ ਚੰਦ ਜਮਲਾ ਜੱਟ ਗਾਉਂਦਾ ਹੁੰਦਾ ਸੀ, ਇਹ ਕੋਈ ਬੈਂਤ ਨਹੀਂ, ਉਹਦਾ ਕੋਈ ਬਹਿਰ ਨਹੀਂ, ਪਰ ਸਾਨੂੰ ਪਤਾ ਵੀ ਇਹ ਬਹਿਰ ਕਿਹੜਾ ਸੀ। ਉਹ ਰਮਲ ਹੈ ਫਾਏ ਲਾਤੁਨ ਫਾਏ ਲਾਤੁਨ ਫਾਏ ਲਾਤੁਨ ਫਾਏ ਲੁਨ, ਜਾਣੀ ਚਾਰ ਰੁਕਨ ਆ ਇਹਦੇ, ਔਰ ਉਹ ਇੱਕ ਬਹਿਰ ਵਿੱਚ ਆ। ਇਹ ਬਹਿਰ ਵਿੱਚ ਜੇ ਨਾ ਹੋਵੇ, ਕਈ ਕਹਿੰਦੇ ਆ ਗਾ ਕੇ ਲਿਖ ਲਓ, ਗਾ ਕੇ ਬਹਿਰ ਬਣ ਜਾਂਦਾ, ਨਹੀਂ ਬਣਦਾ, ਤੁਹਾਨੂੰ ਸਿੱਖਣਾ ਪੈਣਾ। ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ। ਇੱਥੇ ਨਦੀ ਨਹੀਂ ਤੁਸੀਂ ਬੋਲ ਸਕਦੇ, ਨਦੀ ਬੋਲਣਾ ਪਊ, ਨੰਨੇ ਉੱਤੇ ਤਾਂ ਪਊਗਾ, ਫਿਰ ਇਹ ਕੌਣ ਦੱਸੂਗਾ? ਕੋਈ ਜਿਹੜਾ ਗਿਆਨਵਾਨ ਆ ਉਹੀ ਦੱਸੂਗਾ ਤੁਹਾਨੂੰ ਵੀ ਅੱਖਰ ਗਿਰਾਇਆ ਕਿੱਦਾਂ ਜਾਂਦਾ। ਕਦੇ ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹੋ, ਉਹਨਾਂ ਦੇ ਕਾਫੀਏ ਅੜੀਏ ਨੀ ਵਗੈਰਾ ਸਾਰੇ ਏਡੀ ਸ਼ਾਨਦਾਰ ਨਾਲ ਪਰੋਏ ਆ ਉਹਨਾਂ ਨੇ ਕਿ ਸਾਡਾ ਖੁਸ਼ ਹੋ ਜਾਂਦਾ ਦਿਲ, ਉਹ ਨਵੇਂ ਅਰਥ ਪੈਦਾ ਕਰਦਾ। ਇੱਕ ਸ਼ੇਰ ਮੈਂ ਲਿਖਿਆ ਸੀ ਇਸ ਕਰਕੇ ਕਿ ਲੋਕ ਸਮਝ ਸਕਣ ਵੀ ਇਹਦੇ 'ਚ ਕਾਫੀਆ ਕਿੱਦਾਂ ਬਣ ਗਿਆ। ਸੁਣੋ ਕਿ ਦੂਰ ਕਿਤੇ ਸੀ ਰਾਤੀਂ ਜਿਹੜੀ ਰੋਸ਼ਨੀ ਜਿਹੀ ਦਿਸਦੀ, ਦੂਰ ਕਿਤੇ ਸੀ ਰਾਤੀਂ ਜਿਹੜੀ ਰੋਸ਼ਨੀ ਜਿਹੀ ਦਿਸਦੀ, ਨਾ ਜੁਗਨੂ ਨਾ ਦੀਵਾ ਉਹ ਤੇ ਮੇਰਾ ਹੀ ਦਿਲ ਸੀ। ਜੀ ਦੇ ਨਾਲ ਸੀ ਆਇਆ ਬਿਹਾਰੀ ਆਈ, ਉਰਦੂ ਵਾਲੇ ਨੂੰ ਵੱਡੀ ਜੇ ਕਹਿੰਦੇ ਆ, ਜੇ ਨਿੱਕੀ ਜੇ, ਨਿੱਕੀ ਜੇ ਆਏ ਉਹ ਅੱਖਰ ਆ ਪੂਰਾ ਸਾਡੀ ਬਿਹਾਰੀ ਨਿੱਕੀ ਜੇ, ਉਹਨਾਂ ਦੇ ਦੋ ਤਿੰਨ ਹੀ ਆ ਇਹ। ਫਿਰ ਹੋਰ ਇੱਕ ਗੱਲ ਆ, ਉਰਦੂ ਵਾਲੇ ਕਹਿੰਦੇ ਕਿ ਪਾਣੀ ਤੇ ਪਾਣੀ ਠੀਕ ਆ, ਪਾਣੀ ਨਾਲ ਪਾਣੀ ਠੀਕ ਆ, ਜਵਾਨੀ ਨਾਲ ਕਹਾਣੀ ਠੀਕ ਆ, ਬਿਲਕੁਲ ਗਲਤ ਆ। ਉਰਦੂ ਜੈਸਾ ਨੰਨਾ ਹੈ ਹੀ ਨਹੀਂ। ਤਾਂ ਮੈਂ ਇਹਨੂੰ ਹੁਣ ਸ਼ੇਰ ਤੇ ਮਕਤਾ ਮਤਲਾ ਕੀ ਹੁੰਦਾ ਕਿ ਮਤਲਾ ਜਿਹੜਾ ਜਿਸ ਮਤਲਾ ਮਤਲਾ ਤਲੂ ਤਲੂ ਹੋਣਾ ਮੈਨੇ ਸੂਰਜ ਦਾ ਚੜ੍ਹਨਾ, ਜਿਹੜਾ ਪਹਿਲਾ ਸ਼ੇਰ ਆ ਨਾ ਉਹ ਸੁਣ ਕੇ ਪਾਠਕ ਨੂੰ ਗਸ਼ ਪੈ ਜੇ, ਗਸ਼ ਪੈ ਜੇ, ਉਹ ਇੱਦਾਂ ਦੀ ਗੱਲ ਕਹੀ ਆ, ਆਹ ਗੱਲ ਕਹੀ ਆ, ਉਹ ਸੂਰਜ ਤਲੂ ਹੋ ਗਿਆ, ਸਾਰਾ ਹਨੇਰਾ ਮਿਟ ਗਿਆ। ਅੱਗੇ ਫਿਰ ਉਸੇ ਦੇ ਬਹਿਰ ਨੂੰ ਲੈ ਕੇ
ਉਸੇ ਦਾ ਬਹਿਰ ਉਸੇ ਦਾ ਕਾਫੀਆ ਲੈ ਕੇ ਅੱਗੇ ਘੱਟੋ ਘੱਟ ਪੰਜ ਸ਼ੇਰ ਜਿਹੜਾ ਗਜ਼ਲਕਾਰ ਬਣਾਉਂਦਾ, ਘੱਟ ਨਹੀਂ ਪੰਜ ਸ਼ੇਰ ਹੋਣੇ ਚਾਹੀਦੇ ਆ। ਚਾਰ ਘੜੋਗੇ ਅਤੇ ਹੋਰ ਬਾਈ ਬਣ ਜੂ ਜਾਂ ਹੋਰ ਕੁਛ ਬਣ ਜੂ ਜਾਂ ਦੋਹੜਾ ਬਣ ਜੂ, ਪੰਜ ਸ਼ੇਰ ਘੜਨੇ ਆ ਤਾਂ ਮਤਲਾ ਹੋ ਗਿਆ ਅੱਗੇ ਸ਼ੇਰ ਹੋ ਗਏ। ਸ਼ੇਰ ਜਿਹੜੇ ਆ ਕਹਿੰਦੇ ਉਸਤਾਦ ਲੋਕ ਕਹਿੰਦੇ ਆ ਕਿ ਵੱਧ ਤੋਂ ਵੱਧ ਨੌ ਸ਼ੇਰ ਹੋਣੇ ਚਾਹੀਦੇ ਆ। ਮੈਂ ਆਪਣੇ ਸਟੂਡੈਂਟਾਂ ਨੂੰ ਕਹਿੰਦਾ ਕਿ ਅੱਠ ਸ਼ੇਰ ਰੱਖੋ, ਅੱਠ ਬੰਦੇ ਅੱਕ ਜਾਂਦੇ ਆ। ਹੁਣ ਲੋਕਾਂ ਨੂੰ ਬਹੁਤ ਕੰਮ ਨੇ, ਨੌ ਸ਼ੇਰ ਹੀ ਨਹੀਂ ਪੜ੍ਹਦੇ, ਤੁਸੀਂ ਅੱਠ ਸ਼ੇਰ ਰੱਖੋ, ਹੁਣ ਸੱਤ ਵੀ ਥੋੜ੍ਹੇ ਲੱਗਦੇ ਆ, ਅੱਠ ਸ਼ੇਰ ਲਿਖੋ ਤਾਂ ਉਹ ਲਿਖਦੇ ਆ। ਤਾਂ ਦੇਖੋ ਇਹਦੇ ਵਿੱਚ ਤੁਕਾਂਗ ਅਤੇ ਤੁਕਾਂਤ ਜਰਾ ਕੁ ਧਿਆਨ ਨਾਲ ਸੁਣਿਓ, ਮੈਂ ਸਿਰਫ ਨਿਸ਼ਾਨਦੇਹੀ ਕਰਨੀ ਆ, ਨਿਸ਼ਾਨੀਆਂ ਲਾਉਣੀਆਂ ਜਿਹੜੀਆਂ ਤੁਸੀਂ ਕਿਤਾਬਾਂ 'ਚੋਂ ਪੜ੍ਹਨੀਆਂ ਨੇ। ਤੁਕਾਂਗ, ਤੁਕਾਂਗ ਹੁੰਦਾ ਤੁਕ ਦਾ ਅੰਗ, ਅਤੇ ਤੁਕਾਂਤ ਬਣੇ ਕਾਫੀਆ ਵੀ ਹੁੰਦਾ ਅਤੇ ਤੁਕ ਦਾ ਅੰਤ ਵੀ ਹੁੰਦਾ। ਇਹ ਦੋਵੇਂ ਜਿਹੜੇ ਆ ਇਹ ਗੱਲਾਂ 'ਤੇ ਜ਼ਰੂਰੀ ਆ। ਜਗਤਾਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਉਰਦੂ ਵਿੱਚ ਜਾਂ ਫਾਰਸੀ ਵਿੱਚ ਅਰਬੀ ਵਿੱਚ ਤੁਕਾਂਤ ਅਤੇ ਤੁਕਾਂਗ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਡੀ ਕਵਿਤਾ ਦੇ ਵਿੱਚ ਤੁਕਾਂਗ ਜ਼ਰੂਰੀ ਆ। ਤੁਸਾਂ ਪਰਮਦੀਪ ਬਾਰੇ ਕਵਿਤਾ ਸੁਣੀ ਆ, ਉਹਨਾਂ ਨੇ ਬੈਂਤ ਬੋਲਿਆ ਸੀ, ਬੈਂਤ ਤਾਂ ਬੈਂਤ ਵਿੱਚ ਵੀ ਹਰ ਹਾਲਤ ਵਿੱਚ ਤੁਕਾਂਗ ਆਉਂਦਾ। ਤੁਕਾਂਗ ਹੁੰਦਾ ਕੀ ਆ, ਅਸੀਂ ਅੱਧੀ ਲਾਈਨ ਪੜ੍ਹ ਕੇ ਸਾਹ ਲੈਂਦੇ ਹਾਂ, ਭੰਮੇ ਸਾਹਿਬ ਨੂੰ ਪਤਾ, ਖਲੋ ਜਾਂਦੇ ਹਾਂ, ਪਾਠਕਾਂ ਨੂੰ ਸੰਬੋਧਨ ਹੁੰਦੇ ਹਾਂ, ਉਸ ਤੋਂ ਅਗਲੀ ਲਾਈਨ ਫਿਰ ਪੜ੍ਹਨੇ ਹਾਂ। ਤਾਂ ਜੇ ਤੁਕਾਂਗ ਹੀ ਨਾ ਹੋਊ ਤਾਂ ਸਾਡੀ ਲਾਈਨ ਨਹੀਂ ਫਿੱਟ ਹੋ ਸਕਦੀ ਚੰਗੀ। ਤੁਕਾਂਗਾਂ ਦਾ ਖਿਆਲ ਰੱਖਣਾ ਚਾਹੀਦਾ। ਜਿਵੇਂ ਚੰਗਾ ਸ਼ੇਰ ਤੁਹਾਨੂੰ ਮੈਂ ਸੁਣਾਉਣਾ, ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜੇਰਾ। ਇੱਕ ਸ਼ੇਰ ਦੇ ਮਫਿਊਲ ਫਾਏ ਲਾਤੁਨ, ਮਫਿਊਲ ਫਾਏ ਲਾਤੁਨ, ਮਫਿਊਲ ਫਾਏ ਲਾਤੁਨ, ਮਫਿਊਲ ਫਾਏ ਲਾਤੁਨ, ਉਹਦੇ ਵੀ ਚਾਰ ਟੁਕੜੇ ਆ। ਇਹਦੇ ਜਗਤਾਰ ਸਾਹਿਬ ਨੇ ਵੀ ਚਾਰ ਟੁਕੜੇ ਕੀਤੇ ਇੱਕ ਲਾਈਨ ਦੇ, ਜਿਹੜੇ ਸੋਹਣੇ ਲੱਗਦੇ ਆ। ਇੱਕ ਟੁਕੜੇ 'ਚ ਇੱਕ ਗੱਲ, ਦੂਜੇ ਟੁਕੜੇ 'ਚ ਦੂਜੀ। ਤਾਂ ਕਾਫੀਏ ਅਤੇ ਤੁਕਾਂਗ ਬਾਰੇ ਬਹੁਤ ਸਾਰੀਆਂ ਕਿਤਾਬਾਂ 'ਚ ਨਹੀਂ ਮਿਲਦਾ, ਜਿਹੜੇ ਚੰਗੇ ਚੰਗੇ ਸ਼ਬਦ ਆ ਨਾ ਉਹ ਛੱਡ ਜਾਂਦੇ ਆ। ਤਾਂ ਵੇਖੋ ਜੰਗਲ ਦੇ, ਇੱਕ ਮੈਂ ਗਲਤ ਤੁਕਾਂਗ ਦਾ ਦੱਸ ਦਿੰਦਾ, ਜੰਗਲ ਦੇ ਪੱਤੇ ਨੂੰ ਸਾਹਿਤ ਦਾ ਆਕਾਸ਼ ਵਿਖਾਈ ਦਾ, ਜੰਗਲ ਦੇ ਪੱਤੇ ਨੂੰ ਸਾਹਿਤ ਦਾ, ਸਾਹਿਤ ਦਾ ਬਾਰੇ ਅੱਗੇ ਕਿੰਨਾ ਆਉਂਦਾ, ਅਤੇ ਦਾ ਜਿਹੜਾ ਸੀ ਉਹ ਅਗਲੇ ਪਾਸੇ ਆਉਣਾ ਚਾਹੀਦਾ ਸੀ, ਪਹਿਲਾਂ ਨਹੀਂ ਆਇਆ, ਇਸ ਕਰਕੇ ਸ਼ੇਰ ਜਿਹੜਾ ਨਹੀਂ ਠੀਕ, ਗਲਤ ਹੈ। ਹਰ ਰਚਨਾ ਵਿਸ਼ਲੇਸ਼ਣ ਦਾ ਆਧਾਰ ਬਣਾਵੇਂ ਇਸ ਲਈ, ਇਹ ਵੀ ਗਲਤ ਆ, ਐੜੇ ਕੰਨਾ ਅਗਲੇ ਪਾਸੇ ਚਲਾ ਗਿਆ। ਇਹ ਤੁਹਾਨੂੰ ਸਿੱਖਣਾ ਪਊਗਾ ਨਿੱਕੀ ਨਿੱਕੀ ਗੱਲਾਂ। ਤਾਂ ਤੁਸੀਂ ਜੇ ਇੱਟ ਚੁੱਕੋਗੇ ਅਸੀਂ ਪੱਥਰ ਉਠਾਵਾਂਗੇ, ਤੁਸੀਂ ਦਿੱਤਾ ਨਾ ਜੇ ਵੰਡ ਕੇ ਅਸੀਂ ਖੋਹ ਖੋਹ ਕੇ ਖਾਵਾਂਗੇ। ਇਹ ਖੋਹ ਖੋਹ ਕੇ ਸ਼ਬਦ ਆਇਆ, ਖੱਖੇ ਹੋੜਾ ਖੱਖੇ ਹੋੜਾ, ਤਾਂ ਸ਼ਬਦ ਬੋਲਦੇ ਹਾਂ ਅਸੀਂ ਖੋਹ ਖੋਹ ਕੇ। ਤਾਂ ਇਹਨੂੰ ਹੁੱਤੀ ਕਹਿੰਦੇ ਆ, ਉਰਦੂ ਵਾਲੇ ਜਿੱਦ ਕਰਦੇ ਆ ਹੁੱਤੀ ਕਹਿੰਦੇ ਆ। ਤਾਂ ਹੁੱਤੀ ਅਸੀਂ ਛੱਡ ਦਿੱਤੀ, ਅਸੀਂ ਖੂਹ ਰੂਹ ਜੂਹ ਰਾਹ ਸਾਹ ਸਾਰੇ ਇੱਕੋ ਗੁਰੂ 'ਚ ਬੰਨਣੇ ਆ,
ਔਰ ਵੱਜਣੇ ਚਾਹੀਦੇ ਆ। ਜੇ ਤੁਸੀਂ ਐਸਾ ਹੀ ਜਬਨ ਦੇ ਹੋ ਲਘੂ ਗੁਰੂ ਲਘੂ ਜਬਨ ਦੇ ਹੋ ਗਲਤ ਆ, ਇੱਥੇ ਵੀ ਗਲਤ ਆ। ਇੱਥੇ ਤਰਸੇਮ ਜੀ ਦਾ ਸ਼ੇਰ ਠੀਕ ਆ, ਤੁਸੀਂ ਜੇ ਇੱਟ ਚੁੱਕੋਗੇ ਅਸੀਂ ਪੱਥਰ ਉਠਾਵਾਂਗੇ, ਤੁਸੀਂ ਦਿੱਤਾ ਨਾ ਜੇ ਵੰਡ ਕੇ ਅਸੀਂ ਖੋਹ ਖੋਹ ਕੇ ਖਾਵਾਂਗੇ। ਤਕਤੀ ਕਰਨ ਲੱਗਿਆਂ, ਤਕਤੀ ਮੈਂ ਕੀਤੀ ਹੋਈ ਹੈ ਇਹਦੇ 'ਤੇ, ਮੈਂ ਉਹ ਲਿਖਿਆ ਹੋਇਆ ਖੂਹ ਜੂ ਕੋ ਸੋ ਜਿੰਨੇ ਵੀ ਆ ਸਾ ਢਾ ਸਾਰੇ ਇੱਕ ਗੁਰੂ 'ਚ ਬੰਨੋ, ਦੋ 'ਚ ਨਾ ਬੰਨੋ। ਸ਼ਬਦ ਪੂਛ ਨਹੀਂ ਬਣਾਉਣੀ ਚਾਹੀਦੀ, ਸ਼ਬਦ ਹੈ ਜਾਣਾ ਖਾਣਾ। ਜਦੋਂ ਤੁਸੀਂ ਆਪਣੇ ਬਹਿਰ ਵਾਸਤੇ ਲਿਖੋਗੇ ਖਾਵਣਾ ਜਾਵਣਾ ਧੋਵਣਾ ਪਾਣੀ ਪੀਵਣਾ, ਪਾਣੀ ਪੀਣਾ ਪਾਣੀ ਪੀਣਾ ਪਾਣੀ, ਜੇ ਤੁਸੀਂ ਕਹੋਗੇ ਪੀਵਣਾ ਤਾਂ ਇੱਦਾਂ ਹੋਊਗਾ ਜਿੱਦਾਂ ਚਿੜੀ ਦੀ ਪੂਛ ਮਗਰ ਰੇਬਨ ਬੰਨ ਦਈਏ, ਉਹ ਵਿਚਾਰੀ ਉੱਡੂਗੀ ਵੀ ਨਹੀਂ। ਤੁਸੀਂ ਤਾਂ ਘੜੀ ਤਮਾਸ਼ਾ ਵੇਖ ਲਓਗੇ, ਤੁਸੀਂ ਕਹਿ ਦਿਓ ਕਿ ਮੇਰਾ ਇਹ ਬੈਰ ਜਿਹੜਾ ਠੀਕ ਹੋ ਗਿਆ। ਸ਼ਬਦ ਨੂੰ ਠੀਕ ਤਰ੍ਹਾਂ ਨਾਲ ਬੰਨਣਾ ਚਾਹੀਦਾ, ਅਧਿਕ ਅਧਿਕ ਡੇਗ ਲੈਣਾ ਚਾਹੀਦਾ, ਅਧਿਕ ਜਿਵੇਂ ਵੇਚਿਆ ਚੱਲ ਪਿਆ ਵਿੱਚ, ਜਿੱਥੇ ਸ਼ਬਦ ਦਾ ਅਰਥ ਨਹੀਂ ਬਦਲਦਾ ਉੱਥੇ ਉਹਨੂੰ ਲਾਹ ਦੇਣਾ ਚਾਹੀਦਾ। ਵੈਸੇ ਤਾਂ ਕੋਈ ਵੀ ਬਿੰਦੀ ਟਿੱਪੀ ਦਾ ਇਸ ਕਰਕੇ ਮੈਂ ਵਿਰੋਧ ਕਰ ਰਿਹਾ ਕਿ ਕਿਸੇ ਵੀ ਸ਼ਬਦ ਨੇ ਸ਼ੇਰ ਦੇ ਵਿੱਚ ਆ ਕੇ ਜਾਂ ਵਾਕ ਵਿੱਚ ਆ ਕੇ ਹੀ ਅਰਥ ਦੇਣਾ ਹੁੰਦਾ। ਜੱਗ ਸਾਡੇ ਕੋਲ ਕਿੰਨੇ ਸ਼ਬਦ ਨੇ, ਜੱਗ ਜੱਗ ਮੇਰੇ ਦੀਵੇ ਆ, ਅਤੇ ਗੁਰੂ ਨਾਨਕ ਨੇ ਜੱਗ ਤਾਰਿਆ ਪਾਣੀ ਵਾਲਾ ਜੱਗ, ਤਾਂ ਹੋਰ ਵੀ ਕਈ ਜੱਗ ਆ, ਉਹ ਸਾਰੇ ਜਿਹੜੇ ਆ ਕਿਸੇ 'ਤੇ ਅਧਿਕ ਲੱਗਦਾ ਨਹੀਂ ਲਾਉਣਾ, ਨਾ ਲਾਓ ਫਿਰ ਵੀ ਕੋਈ ਗੱਲ ਨਹੀਂ, ਅਧਿਕ ਨੇ ਨਹੀਂ ਹੈਗਾ ਤਾਂ ਵੀ ਉਹਨੇ ਆਪਣੇ ਆਪ ਬੋਲ ਪੈਣਾ ਜੇ ਚਾਹੀਦਾ ਹੋਇਆ ਤਾਂ। ਉਹ 18.5 ਕਰੋੜ ਲੋਕ ਬੋਲਦੇ ਆ, ਜਿਵੇਂ ਬੋਲੋ ਤਿਵੇਂ ਲਿਖੋ। ਸਾਡੇ ਉਸਤਾਦ ਕਹਿੰਦੇ ਹੁੰਦੇ ਸੀ ਜੇ ਅਸੀਂ ਗਲਤ ਵਚਨ ਬੰਨ ਦਿਆਂਗੇ ਤਾਂ ਭਾਸ਼ਾ ਦਾ ਮਹਾਂਦਰਾ ਵਿਗੜਦਾ, ਕੁਛ ਨਹੀਂ ਵਿਗੜਦਾ। ਜਿਵੇਂ ਤੁਸੀਂ ਬੋਲਦੇ ਹੋ ਤਿਸੇ ਲਿਖੋ। ਜੇ ਸ਼ਹਿਰ SI 'ਚ ਆ ਤਾਂ ਸ਼ਹਿਰ ਬੋਲੋ, ਨਗਰ ਜਿਹੜਾ ਉਹ ਕਹਿੰਦੇ ਨਗਰ ਬਣੋ, ਕਿਉਂ ਬਣੀਏ ਵੀ ਨਗਰ ਆ, ਨਗਰ ਆ, ਅਸੀਂ ਨਹੀਂ ਬਣਦੇ ਇਹਦਾ ਉਚਾਰਨ। ਮੈਂ ਉਸ ਕਿਤਾਬ ਦੇ ਵਿੱਚ 500 ਸ਼ਬਦ ਕੱਢਿਆ, ਜਿਹੜਾ ਲਿਸਟ ਦਿੱਤੀ ਭਾਈ ਇੰਨਾ 'ਚ ਬੰਨੋ, ਸਾਡੇ ਸਾਰੇ ਹੀ ਸ਼ਬਦ ਗੁਰੂ ਨਾਨਕ ਦੇਵ ਦੀ ਗੁਰਬਾਣੀ 'ਚੋਂ 2500 ਸਾਲ ਪਹਿਲਾਂ ਰਿਗ ਵਿੱਚ ਹੈਗੇ ਸੀ, ਉੱਥੇ ਸ਼ੇਰ ਲਿਖੇ ਹੋਏ ਆ। ਫਿਰ ਮਹਾਤਮਾ ਬੁੱਧ ਦੀ ਜਿਹੜੀ ਸਿੱਖਿਆ ਸਾਰੀਆਂ ਸ਼ੇਰਾਂ 'ਚ, ਮਹਾਤਮੇ ਬੁੱਧ ਦੇ ਜਿੰਨੇ ਸ਼ੇਰ ਆ ਉਹਦੇ ਵਿੱਚ ਕਾਫੀਆ ਵੀ ਹੈ ਔਰ ਬਹਿਰ ਵੀ ਹੈ। ਇਹ ਸਾਡੇ ਅਸੀਂ ਕਿਸੇ ਤੋਂ ਕੱਖ ਨਹੀਂ ਲਿਆ, ਅਸੀਂ ਗੁਰਬਾਣੀ ਤੋਂ ਲਿਆ, ਅਸੀਂ ਬਾਬੇ ਫਰੀਦ ਤੋਂ ਲਿਆ, ਅਸੀਂ ਆਪਣੇ ਆਪ ਤੋਂ ਲਿਆ। ਇਸ ਗਿਆਨ ਦਾ ਮੈਂ ਆਪ ਹੀ ਸਮੁੰਦਰ ਦੇ ਸਾਹਮਣੇ ਇੱਕ ਤੁਪਕਾ ਲੈ ਕੇ ਖੜਾਂ। ਇਹਦਾ ਜਿਹੜਾ ਲੋਕਾਂ 'ਚ ਲੋਕਾਂ ਦਾ ਜਜ਼ਬਾ, ਲੋਕਾਂ ਦੀ ਹੇਕ ਆ, ਲੋਕਾਂ ਦਾ ਰਾਗ ਆ, ਲੋਕਾਂ ਉਸ ਬਾਰੇ ਤਹਿ ਤੱਕ ਪਹੁੰਚਣਾ, ਮੈਂ ਕੁਝ ਕੋਸ਼ਿਸ਼ ਕੀਤੀ ਆਪਣੇ ਛੋਟੇ ਕਮਰੇ ਦੇ ਵਿੱਚ ਬਹਿ ਕੇ ਜਿਵੇਂ ਭਗਤੀ ਕਰੀ ਦੀ ਆ। ਮੈਂ ਵਾਰੇ ਸ਼ਾਹ ਦਾ ਉਹ ਵੀ ਵੇਖ ਕੇ ਆਇਆ ਕਮਰਾ ਜਿੱਥੇ ਉਹਨੇ ਬਹਿ ਕੇ ਹੀਰ ਲਿਖੀ ਸੀ, ਛੋਟਾ ਜਿਹਾ ਕਮਰਾ, ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਉਹਦਾ ਕਮਰਾ ਸੀ ਜਿੱਥੇ ਉਹ ਉੱਠਦਾ ਹੀ ਨਹੀਂ, ਉੱਥੇ ਹੀ ਰੋਟੀ ਰਾਟੀ ਕੋਈ ਦੇ ਜਾਂਦਾ ਸੀ। ਇਹ ਆ ਵੀ ਜਦੋਂ ਤੁਹਾਨੂੰ ਲਿਖਣਾ ਤਾਂ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਜੇ ਤੁਹਾਡੇ ਕੋਲ ਸ਼ਬਦ ਚੰਗੇ ਆ ਉਹਨਾਂ ਨੂੰ ਬੀੜਨਾ, ਉਹਨਾਂ ਨੂੰ ਬਹਿਰ ਵਿੱਚ ਰੱਖਣਾ। ਇਹ ਬਹਿਰ
ਇਹ ਜਿਹੜੇ ਬਹਿਰ ਆ ਇਹ ਛੰਦ ਆ ਛੰਦ ਇੱਕ ਹੋਰ ਗੱਲ ਕਹਿ ਰਿਹਾ ਜਿੰਨੇ 5000 ਛੰਦ ਸੀ ਸੰਸਕ੍ਰਿਤ ਮਤਲਬ ਆਏ 5000 ਛੰਦ ਸੀ ਜਿਹੜੇ ਬਣੇ ਅਤੇ ਖਤਮ ਹੋ ਗਏ ਅਸੀਂ ਕਿੰਨਾ ਚਿਰ ਵਿਰੋਧ ਕਰਦੇ ਰਹੇ ਅਰੂਜ ਦਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪਣਾ ਜ਼ਫਰਨਾਮਾ ਲਿਖਿਆ ਸੀ ਉਹ ਬੈਰ ਖਫੀਫ ਵਿੱਚ ਆ ਇੱਕ ਵੀ ਮਾਤਰਾ ਦਾ ਇਸੇ ਕਿਤਾਬ ਵਿੱਚ ਮੈਂ ਲਿਖਿਆ ਕਿਸੇ ਨੇ ਨਹੀਂ ਲਿਖਿਆ ਮੈਨੂੰ ਕਈ ਵਾਰੀ ਮਾਣ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਛੰਦ ਵਿਧਾਨ ਪੜ੍ਹ ਕੇ ਦੇਖੋ ਉਹਨਾਂ ਨੇ ਆਪਣਾ ਜਿਹੜਾ ਜ਼ਫਰਨਾਮਾ ਸੀ ਬੈਰ ਖਫੀਫ ਵਿੱਚ ਲਿਖਿਆ ਔਰ ਖਫੀਫ ਬੈਰ ਮੁਸਲਮਾਨਾਂ ਵੱਲੋਂ ਆਇਆ ਤੋ ਗਿਆਨ ਨੂੰ ਹਾਸਲ ਕਰਨ ਵਾਸਤੇ ਤੁਸਾਂ ਅੱਜ ਬਹੁਤ ਟਾਈਮ ਲਾਇਆ ਮੈਂ ਤੁਹਾਡੇ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਤਾਂ ਤੁਸੀਂ ਵੀ ਗਿਆਨ ਹਾਸਲ ਕਰੋ ਫਿਰ ਹੀ ਤੁਸੀਂ ਚੰਗੇ ਗਜ਼ਲਕਾਰ ਬਣ ਸਕਦੇ ਹੋ ਤੁਸੀਂ ਤਾਂ ਹੀ ਸਵੀਕਾਰੀ ਜਾਓਗੇ ਜੇ ਸ਼ਬਦ ਨੂੰ ਸੋਹਣੀ ਤਰ੍ਹਾਂ ਪਰੋਸਦੇ ਹੋ ਮੈਂ ਬਹੁਤ ਖੁਸ਼ ਹਾਂ ਵੀ ਮੇਰਾ ਕੁਛ ਨਾ ਕੁਛ ਤਾਂ ਕੁਛ ਦੇਰ ਸਾ ਬਾਅਦ ਹੀ ਸਹੀ ਕੋਈ ਮੁੱਲ ਪੈਂਦਾ ਮੈਨੂੰ ਇਹਨਾਂ ਹਰੀ ਸਿੰਘ ਜਾਚਕ ਹੋਣਾ ਨੇ ਸੱਦਿਆ ਬਹੁਤ ਖੁਸ਼ੀ ਹੋਈ ਆ ਪਰਮਦੇਵ ਸਿੰਘ ਦੀਪ ਲੋਕਾਂ ਨੂੰ ਬੜੇ ਬੜੇ ਵੱਡੇ ਸਦਮੇ ਪਹੁੰਚਦੇ ਆ ਹਰ ਬੰਦੇ ਨੂੰ ਕੋਈ ਨਾ ਕੋਈ ਹਲਕਾ ਸਦਮਾ ਪਹੁੰਚਦਾ ਕਿਸੇ ਨੂੰ ਵੱਡਾ ਪਹੁੰਚਦਾ ਇਹ ਦੁੱਖਾਂ ਦਾ ਘਰ ਆ ਬੁੱਧ ਸਾਹਿਬ ਨੇ ਕਿਹਾ ਸੀ ਮਹਾਤਮਾ ਬੁੱਧ ਨੇ ਕਿ ਇਹ ਸੰਸਾਰ ਹੀ ਦੁੱਖਾਂ ਦਾ ਘਰ ਆ ਇਹ ਸੰਘਰਸ਼ ਆ ਜਿੰਦਗੀ ਇੱਕ ਸੰਘਰਸ਼ ਆ ਇਹ ਲੜਾਈ ਆ ਜਿਹੜੀ ਹਰ ਵਕਤ ਲੜੀ ਜਾ ਰਹੀ ਆ ਤਾਂ ਉਹਨਾਂ ਨੇ ਲੜਾਈ ਲੜੀ ਇਹ ਬੇਟਾ ਸਾਡਾ ਬੇਟਾ ਉਹਨਾਂ ਦਾ ਬੇਟਾ ਨਹੀਂ ਸਾਡਾ ਵੀ ਬੇਟਾ ਹੋਣਹਾਰ ਛੱਡ ਕੇ ਸਾਨੂੰ ਚਲਾ ਗਿਆ ਤਾਂ ਉਹਨਾਂ ਨੇ ਇਸ ਦੁੱਖ ਨੂੰ ਪ੍ਰਾਪਤੀ ਵਿੱਚ ਬਦਲ ਲਿਆ ਦੇਖੋ ਤੁਸੀਂ ਆਪਣੇ ਪੁੱਤਰ ਦੀ ਵਿਛੋੜੇ ਆਪਣੇ ਪੁੱਤਰ ਦੇ ਵਿਛੋੜੇ ਨੂੰ ਸਾਡੇ ਮੇਲ ਵਿੱਚ ਤਸਦੀਕ ਕਰ ਦਿੱਤਾ ਅਸੀਂ ਇਹ ਬਹੁਤ ਖੁਸ਼ ਹਾਂ ਇਸ ਗੱਲ ਦੇ ਜੇ ਦੁਨੀਆਂ ਵਿੱਚ ਲੋਕਾਂ ਨੂੰ ਦੁੱਖ ਪਹੁੰਚਦੇ ਆ ਉਹ ਇੱਕ ਪਾਠ ਕਰਾ ਕੇ ਕਰਕੇ ਹੱਟ ਉੱਠ ਜਾਂਦੇ ਆ ਉਹ ਕੋਈ ਇਹੋ ਜਿਹਾ ਕੰਮ ਕਰੋ ਤਾਂ ਦੁਨੀਆਂ ਦੀ ਭਲਾਈ ਵੀ ਹੋਏ ਜਾਚਕ ਸਾਹਿਬ ਨੂੰ ਸਲਾਮ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ